खबर लेने टांडा तो जिथे अज थाना टांडा विखे इंस्पैक्टर ओंकार सिंह बराड़ ने बतौर एस एच ओ का अहुदा संभाल लिया। अहुदा संभालन तो तुरंत बाद उन्हां वल्लों प्रेस कॉन्फ्रेंस मीटिंग की गई। मीटिंग नूं संबोधन करदे हुए इंस्पैक्टर ओंकार सिंह ने कहा कि थाना टांडा अधीन पैंदे खेतर च जिथे अमन कानून की स्थिति नूं हर हाल च बहाल रखा जाएगा उत्थे लुट्टां खूहां चोरी दीआं वारदातां करन वालिआं ते नशा तस्करां नूं किसी भी कीमत ते बख्शिआ नहीं जाएगा ਅਤੇ ਉਹਨਾਂ ਨੂੰ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਨੇ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਖਬਰ। ਮੈਂ ਅੱਜ ਬਤੌਰ ਮੁੱਖ ਅਫਸਰ ਥਾਣਾ ਟਾਂਡਾ ਦਾ ਚਾਸ ਮਰਿਆ ਵਿਰੇਂਦਰ ਮਾਨਜੋ ਐਸਐਸਪੀ ਸਾਹਿਬ ਸਰਪਾਲ ਸਿੰਘ ਚਾਹ ਜੀ ਅਤੇ ਮਾਨਜੋ ਦੀ ਸਿਸਾ ਸੀਐਮ ਸਾਹਿਬ ਦੀ ਅੰਦਰਤਾ ਤੇ ਵੀ ਇਸਦਾ ਵਰਕਿੰਗ ਜਿਹੜੀ ਹੈ ਉਹ ਬਹੁਤ ਹੀ ਪਾਰਦਰਸ਼ਤਾ ਨਾਲ ਕੀਤੀ ਜਾਵੇਗੀ। ਲਾਅ ਐਂਡ ਆਰਡਰ ਲੋਕਾਂ ਦੀ ਜਿਹੜਾ ਵਿਸ਼ਵਾਸ ਹੈ ਬਣਾ ਕੇ ਰੱਖਣਾ ਸਾਡੀ ਗੱਲ ਕਰਨੀ ਹੈ ਔਰ ਇਹ ਪ੍ਰੋਪਰ ਜਿਹੜਾ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਥਾਣੇ 'ਚ ਬਿਨਾਂ ਕਿਸੇ ਦੇਰੀ ਤੋਂ ਕੰਮ ਜਿਹੜਾ ਬਿਨਾਂ ਭੇਦਭਾਵ ਕੀਤਾ ਜਾਊਗਾ। ਥਾਣੇ ਦੀ ਸਾਰੀ ਫੋਰਸ ਨੂੰ ਪੇਸ਼ ਕੀਤਾ ਗਿਆ ਔਰ ਜੋ ਆਈਆਂ ਗਾਈਡਲਾਈਨ ਹੈਗੀਆਂ ਉਹ ਵੀ ਚਾਲੂ ਕਰਾਇਆ। ਮੈਂ ਪਬਲਿਕ ਨੇ ਇੱਥੇ ਪਹਿਲਾਂ ਵੀ ਬਹੁਤ ਸਪੋਰਟ ਕੀਤਾ ਸੀ ਕ੍ਰਾਈਮ ਨੂੰ ਕੰਟਰੋਲ ਕਰਨ ਲਈ ਅਤੇ ਇੱਥੇ ਜਿਹੜੇ ਕਿਸੇ ਵੀ ਕਿਸਮ ਦੀ ਜਿਹੜੇ ਲਾਅ ਬ੍ਰੇਕ ਕਰਦੇ ਆ ਭਾਵਾਂ ਮੋਟਰ ਵੀ ਕਲੈਕਟ ਨਾਲ ਸੰਬੰਧਿਤ ਹੈ ਜਾਂ ਉਹ ਅਦਰ ਹੋਲਡਰਬਾਜ ਹੈਗੇ ਨੇ ਜਾਂ ਡਰੱਗ ਨਾਲ ਰਿਲੇਟਡ ਇਸ ਗੱਲ 'ਤੇ ਕਿਸੇ ਨੂੰ ਕੋਈ ਬਖਸ਼ਿਆ ਨਹੀਂ ਜਾਊਗਾ। ਡਰੱਗ ਦੇ ਲਈ ਸਪੈਸ਼ਲ ਮੁਹਿੰਮ ਚਲਾ ਕੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਬੰਦੇ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਔਰ ਜਿਹੜਾ ਥਾਣੇ 'ਚ ਪੜੈਂਸੀ ਹੈਗੀ ਹੈ ਕਿਸੇ ਕਿਸਮ ਦੀ ਕੋਈ ਐਪਲੀਕੇਸ਼ਨ ਹੈ ਜਾਂ ਕੋਈ ਮੁਕੱਦਮੇ ਹੈ ਉਹਨਾਂ ਨੂੰ ਵੀ ਸਮੇਂ 'ਤੇ ਪ੍ਰੋਪਰ ਐਵੀਡੈਂਸ ਲਿਆ ਕੇ ਉਹ ਵੀ ਜਿਹੜਾ ਨਿਕਾਲਾ ਕੀਤਾ ਜਾਊ। ਮੈਨੂੰ ਕਾਫੀ ਆਸ ਹੈ ਇੱਥੋਂ ਦੇ ਸਾਰੇ ਮੀਡੀਆ ਪਬਲਿਕ ਮੌਜੂਦ ਆਦਮੀ ਸਾਡੇ ਇਸ ਕੰਮ ਨੂੰ ਬਹੁਤ ਚੰਗੀ ਤਰ੍ਹਾਂ ਸਪੋਰਟ ਕਰਨਗੇ। ਮੇਰਾ ਨੰਬਰ ਤਕਰੀਬਨ ਤੁਹਾਡੇ ਸਾਰਿਆਂ ਕੋਲ ਹੈ ਇਹ 9877000005। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਜਦੋਂ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਹੈ ਇਮੀਡੀਏਟ ਮੇਰੇ ਨੰਬਰ 'ਤੇ ਜਿਹੜਾ ਵੀ ਨੰਬਰ ਉਹਨਾਂ ਕੋਲ ਹੈਲਪਲਾਈਨ ਨੰਬਰ ਹੈ 112 ਜਾਂ ਮੇਰਾ ਨੰਬਰ ਹੈ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਤਾਂ ਕਿ ਅਸੀਂ ਤੁਰੰਤ ਕੰਮ ਕਰ ਸਕੀਏ। ਥੈਂਕ ਯੂ। ਟਾਂਡਾ ਤੋਂ ਜਸਪ੍ਰੀਤ ਸਿੰਘ ਦੀ ਰਿਪੋਰਟ।